साढ़े उत्ते कमेटियां बनाई जा रही ने, एनआईए दिखती जा रही है, यूएफ पात्र के पर्चे पाए जा रहे हैं। जे अज ना बोले तो सारी जिंदगी थोनों कसने बोलन नहीं देना। जे अज ना करो थोड़े पैर बेड़िया पा के गुलाम बना लेंगे। जड़िया कौम मरना जानते हैं, जड़िया कौम संघर्ष करना जानते हैं, जड़िया कौम खुजल हो जाए ने, कैद हो जाए ने, जड़िया कौम संघर्ष करना भुल जाए ने, जड़िया कौम कन्नी चुरा ने लड़ना मरना डर ने। भावो वो कौम वाला दुनिया का नामो निशान तक हो दुनिया, वो कौम दुनिया को मिट जाने ने गल याद रख। आप मरन मरा खातर नहीं समो, आप भी सही बुरा मुल लेना। ਜੋ ਮੁੱਲ ਕਿਵੇਂ ਲਿਆ ਸਨ 26 ਤਰੀਕ ਤੋਂ ਪਹਿਲਾਂ ਆਪੋ ਆਪਣਾ ਸਮਾਨ ਬੰਨ ਕੇ ਵੱਧ ਤੋਂ ਵੱਧ ਕੱਟ ਲੈ ਕੇ ਜਿੰਨੀ ਪ੍ਰੇਰ ਦਾ ਹਿੱਸਾ ਬਣੋ। ਅਸੀਂ ਤੁਹਾਡੇ ਨਾਲ ਚੱਲਾਂਗੇ, ਤੁਹਾਡੇ ਤੋਂ ਮੂਹਰੇ ਹੋ ਕੇ ਚੱਲਾਂਗੇ। ਕਿਸੇ ਨੇ ਨਹੀਂ ਪੁੱਛਣਾ ਅਮਰੀਕਾ ਵਰਗੇ ਮੁਲਕਾਂ 'ਚ, ਯੂਰਪ ਦੇ ਕਈ ਮੁਲਕਾਂ 'ਚ ਕਾਨੂੰਨ ਆਏ ਉੱਥੇ ਪੁੱਛ ਲਓ ਤੁਹਾਡੇ ਕੋਲ ਰਿਸ਼ਤੇਦਾਰ ਦੇ ਪਿੰਡਾਂ 'ਚ ਗਏ ਹੋਣੇ ਆ। ਕਿਵੇਂ ਲੋਕਾਂ ਨੂੰ ਘੁਸਿਆਰੇ ਮਜ਼ਾਰੇ ਬਣਾਤਾ, ਵੱਡੀਆਂ ਵੱਡੀਆਂ ਮਸ਼ੀਨਾਂ ਕੰਮ ਕਰਦੇ ਉਹਨੇ ਬੰਦਿਆਂ ਦੀ ਕੋਈ ਲੋੜ ਨਹੀਂ ਰਹਿੰਦੀ। ਉਸ ਸੋਚੋ ਯਾਰ, ਹਰ ਘਰ ਦਾ ਮਸਲਾ, ਹਰ ਚੁੱਲ੍ਹੇ ਦਾ ਮਸਲਾ, ਹਰ ਇਨਸਾਨ ਦੀ ਰੋਜ਼ੀ ਰੋਟੀ ਦਾ ਮਸਲਾ। ਕਹਿੰਦੇ ਢਿੱਡ ਹਰਟ ਦੇ ਲੱਗੇ, ਰੋਟੀ ਹਰਟ ਨੇ ਖਾਣੀ। ਸਾਰੀ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਟੈਸਟ ਹੋ ਗਿਆ, ਸਿਰਫ ਜਿੱਥੇ ਪੰਜਾਬ ਤੁਰਿਆ ਸੀ, ਅੱਜ ਉਹਦਾ ਯੂਪੀ ਹੈ, ਅੱਜ ਉਹਦਾ ਹਰਿਆਣਾ, ਅੱਜ ਉਹਦਾ ਕਰਨਾਟਕਾ, ਉਹਨਾਂ ਆਸਟ੍ਰੇਲੀਆ ਦੇ ਪੰਜਾਬੀ ਨੇ, ਇੰਗਲੈਂਡ ਦੇ ਪੰਜਾਬੀ ਨੇ, ਕਨੇਡਾ ਦੇ ਪੰਜਾਬੀ ਨੇ। ਇਦੋਂ ਵੱਧ ਨਾ ਕਰੇ ਕਿਸੇ ਨੂੰ ਹਮਾਇਤ ਮਿਲ ਸਕਦੀ ਹੈ, ਨਾ ਇਸ ਤੋਂ ਵੱਡਾ ਮੌਕਾ ਮਿਲ ਸਕਦਾ। ਸਾਰਿਆਂ ਤੋਂ ਪਹਿਲਾਂ ਜਿੰਨੇ ਵੀ ਮੇਰੇ ਵੀਰ ਭਰਾ ਗੁਰਦ ਆਏ ਨੇ, ਇੱਧਰ ਹੋਏ ਸਰਪੰਚ, ਇੱਥੇ ਪ੍ਰਵਾਨ ਕਰਿਓ, ਬੋਲੇ ਸੋਨਿਹਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ। ਵੀ ਹੋਏ ਨਾ 10 ਮਿੰਟ ਕਰ ਦੋ, ਆਹ ਜਿਹੜੇ ਆਹ ਟਾਲੀਆਂ ਵਾਲੇ ਬੈਠੇ ਨਾ ਬਾਈ, ਤੁਹਾਡੇ ਕੈਮਰੇ ਸਾਰੇ ਦੀਆਂ ਹੱਡੀਆਂ ਤੇ ਜ਼ਰੂਰੀ ਨਹੀਂ, ਗੱਲਾਂ ਤੇ ਜ਼ਰੂਰੀ ਨਹੀਂ, ਸਾਰੇ ਜਿਹੜੇ ਬੈਠੇ ਨੇ ਬਹਿ ਜਾ ਮੇਰਾ ਵੀਰ ਬੰਦੇ, ਬਹਿ ਜਾ ਤੇਰੇ ਬਹਿ ਜਾ ਹੋਰੇ ਬਾਈ, ਬਹਿ ਜਾ ਬਾਈ, ਕੋਈ ਪੱਤਰਕਾਰ ਨਾ ਹੋਵੇ ਤਾਂ ਜੋ ਮੇਰੇ ਬਾਰੇ ਬਹੁਤ ਆਉਣ ਬਾਈ, ਚਾਹ ਬਾਅਦ ਚ ਪੀਵਾਂਗੇ, ਖੜ ਜਾ ਇਹਦਾ ਬਾਈ। ਹੱਥ ਬੰਨ ਕੇ ਬੇਨਤੀ, ਅਸੀਂ ਤੁਹਾਡੇ ਕਰਕੇ ਆਏ ਹਾਂ, ਸਾਰੇ ਭਰਾਵਾਂ ਕਰਕੇ, ਸਾਰਿਆਂ ਨੇ ਬਹਿ ਜਾ ਯਾਰ ਬਾਈ, ਮੁੜ ਕੇ ਅਸੀਂ ਤੁਹਾਡੇ ਕਰਕੇ ਤੁਹਾਡੇ ਵਾਸਤੇ ਹੀ ਇੱਥੇ ਆਏ ਹਾਂ। ਐਨਾ ਕਰੋ ਮੇਰਾ ਵੀਰ, ਹੱਥ ਬੰਨ ਕੇ ਬੇਨਤੀ ਹੈ, ਜਿਹੜੇ ਜਿਹੜੇ ਭਰਾ ਮੰਨਦੇ ਨੇ ਉਹਨੂੰ ਬਹਿ ਲਓ ਮੇਰਾ ਵੀਰ, ਬਹਿ ਲਓ, ਸ਼ਾਬਾਸ਼ ਮੇਰਾ ਵੀਰ, ਬਹਿ ਲਓ ਬਾਈ, ਸਾਰਿਆਂ ਤੋਂ ਪਹਿਲਾਂ ਜੀ ਇੱਕ ਵਾਰੀ ਫੇਰ ਫਤਿਹ ਬੁਲਾਉਂਦੇ ਆ, ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਹ ਸਮਾਗਮ ਅਸੀਂ ਸਾਰੇ ਇਕੱਠੇ ਹੋਏ ਆ, ਮੈਂ ਮੇਰੇ ਨਾਲ ਲੱਖਾ ਸਲਾਣਾ, ਮੇਰਾ ਭਰਾ ਹਰਨੇਤ ਕੌਰ ਵਾਲਾ ਮਾਨ ਭਾਨਾ ਸਿੱਧੂ, ਗਿੱਲ ਰੌਂਦਾ, ਜਗਦੀਪ ਰੰਧਾਵਾ, ਜਿੰਨੇ ਵੀ ਮੇਰੇ ਭਰਾ ਜਿਨ੍ਹਾਂ ਨੇ ਸਾਰਾ ਸਮਾਗਮ ਸਿਰਜਿਆ, ਜਿਹੜੀ ਗੱਲ ਕਰਕੇ ਸਿਰਜਿਆ, ਉਹਨਾਂ ਸਾਰਿਆਂ ਦਾ ਪਹਿਲਾਂ ਤਾਂ ਮੈਂ ਸ਼ੁਕਰੀਆ ਅਦਾ ਕਰਨਾ। ਅਸੀਂ ਇੱਕ ਮੰਚ ਬਣਾਇਆ ਇੱਕ ਗੱਲ ਕਰਨ ਵਾਸਤੇ, ਉਹ ਗੱਲ ਤੁਹਾਡੇ ਸਾਰਿਆਂ ਸਾਹਮਣੇ ਤੁਸੀਂ ਰੱਖਣੀ ਚਾਹੁੰਦੇ ਹੋ। 26 ਤਰੀਕ ਨੂੰ ਪਤਾ, ਕਿਹਨੂੰ ਕਿਹਨੂੰ ਪਤਾ ਵੀ ਕੀ ਹੈ 26 ਤਰੀਕ ਨੂੰ ਕੀ ਹੈ ਜੀ? ਟਰੈਕਟਰ ਪਰੇਡ ਆਪਣੀ 26 ਤਰੀਕ ਨੂੰ, ਆਪਣੀਆਂ 31 ਕਿਸਾਨ ਯੂਨੀਅਨ ਜਥੇਬੰਦੀਆਂ ਨੇ ਇੱਕ ਮੈਪ ਬਣਾਇਆ, ਇੱਕ ਟਰੈਕ ਬਣਾਇਆ 26 ਤਰੀਕ ਨੂੰ, ਪਰ ਆਪਾਂ ਉੱਥੇ 26 ਤਰੀਕ ਨੂੰ ਨਹੀਂ ਜਾਣਾ, ਅਸੀਂ ਉੱਥੇ ਪਹਿਲਾਂ 20 ਤਰੀਕ ਨੂੰ ਆਪਣੇ ਟਰੈਕਟਰ ਤੋਰ ਲੈਣੇ ਆ। 26 ਤਰੀਕ ਨੂੰ ਪਤਾ ਨਹੀਂ ਰਾਹ 'ਚ ਕੋਈ ਅੜਚਣ ਹੋ ਜਾਏ, ਰੱਬ ਨਾ ਕਰੇ ਕਿਤੇ ਜਾਣ ਖਿੱਚ ਕੇ ਸਿਆਰ ਕਰ ਦਿਓ, ਖਿੱਚ ਕੇ ਸਿਆਰ ਭਰਾਵੋ ਸਾਰੇ, ਅੱਜ
ਨਿਧੜਕ ਜੋਧੇ ਜੋਧੇ ਇਕੱਠੇ ਹੋਏ ਵਿਆ ਸਾਡੇ ਪਿੰਡਾਂ ਦੇ ਵਿੱਚ ਮਤੇ ਪੈ ਚੁੱਕੇ ਨੇ ਮੇਰੇ ਦਲੇਰ ਜੋਧੇ ਇਕੱਠੇ ਹੋਏ ਵਿਆ ਅੱਜ ਖਿੱਚ ਕੇ ਸਿਆਰ ਕਰ ਦੋ ਬਾਈ ਸਿੱਧੂ ਮੂਸੇ ਵਾਲਾ ਬਾਈ ਆਰਨੇਤ ਬਾਈ ਕੋਰੇ ਵਾਲਾ ਮਾਨ ਬਾਈ ਲੱਖੇ ਸਣਾਣਾ ਉਹਨਾਂ ਮਤਿਆਂ ਦੇ ਅਨੁਸਾਰ ਹਰੇਕ ਪਿੰਡ ਚੋਂ ਹਰੇਕ ਘਰ ਚੋਂ ਘੱਟੋ ਘੱਟ ਇੱਕ ਜੀ ਤੇ ਇੱਕ ਟੈਟ ਜਾਊਗਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਇਕੱਠ ਨੂੰ ਸੰਬੋਧਨ ਕਰਦਾ ਹੋਇਆ ਕਹਿਣਾ अज गल साडे हक्कां दी है साडी रोटी दी है साडी जमीन दी है साडे उत्ते कमेटियां बनाईयां जा रही ने एनआईए दित्ती जा रही है यूए पात्र दे परचे पाए जा रहे ने जे अज ना बोले तो सारी जिंदगी थोनू किसे ने बोलन नहीं देना जे अज ना तुरे तुहाडे पैरां दे विच बेड़ियां पा के गुलाम बना लेंगे अज साडे हक्कां दी गल है अज साडी रोटी दी गल है अज साडी जमीन दी गल है सठ दे करीब मौतां हो चुकियां ने ਚਲਾਂਗੇ हरेक माता हरेक भरा हरेक चाचू हरेक चाचू जाके दसा जाए भी भाई 26 तरीक मिस ना कर दो जे 26 तरीक छड़ गए तो बड़िया छब्बिया हिसाब नहीं बस इन्नी तो बेनती करूंगा होर भी कई बजारे ने मेरे भरा कई ने अपने विचार रखने ने बड़ा सबक सह लिया बड़िया चीजा हो गई हूं टाइम आया तो हथ मौका है पंजाब का सिरसिर है जेड़े पंजाब की नौजवानी पंजाब के बच्चों ये कहने से भी ये अपना विरसा भुल चुके ने ये अपने बुजुर्ग भुल चुके ने ये श्री गुरु गोबिंद सिंह के खंडे की तौर में भुल चुके ने अज उस पंजाब ने सिद्ध कर दिता कि पंजाब के विच अज भी अणखी मां दे पुत जांदे ने अज यूपी यूपी दे कारपोरेट घराने दे ਸਾਰਿਆਂ ਨੇ ਹੱਥ ਪਾ ਰੱਖਿਆ ਸੀ ਯੂਪੀ ਨੂੰ ਹਰਿਆਣਾ ਦੰਦ ਕਰ ਰੱਖਿਆ ਸੀ ਅੱਜ ਪੰਜਾਬ ਮੂਰੇ ਤੁਰਿਆ ਤਾਂ ਕਰਨਾਟਕਾ ਤੱਕ ਗੱਲਾਂ ਹੋਣ ਲੱਗ ਗਈ ਵੀ ਪੰਜਾਬ ਨੇ ਜਾ ਕੇ ਸੰਗੀ ਭੁੱਖੀ ਦਿੱਲੀ ਦੀ ਤੇ ਇਸ ਪੰਜਾਬ ਨੂੰ ਜੇ ਆਪਾਂ ਜਿੰਦਾ ਰੱਖਣਾ 40 ਸਾਲਾਂ ਬਾਅਦ ਅੱਜ ਮੌਕਾ ਮਿਲਿਆ ਅੱਜ ਦੁਬਾਰੇ ਇਸੇ ਰਾਹ ਤੇ ਆਪਣੀ ਪੀੜ੍ਹੀ ਤੁਰੀ ਹੈ ਅੱਜ ਸਾਰੀ ਦੁਨੀਆ ਪੰਜਾਬ ਬਾਰੇ ਗੱਲਾਂ ਕਰ ਰਹੀ ਹੈ ਕੈਨੇਡਾ ਦਾ ਪ੍ਰਧਾਨ ਮੰਤਰੀ ਟੂਡੋ ਬਿਆਨ ਕਰਕੇ ਕਹਿ ਰਿਹਾ ਹੈ ਵੀ ਪੰਜਾਬ ਨੇ ਇੱਕ ਇਹੋ ਜਿਹਾ ਪਟਾ ਸ਼ੁਰੂ ਕੀਤਾ ਹੈ ਕਿਸਾਨਾਂ ਦਾ ਪਟਾ ਸ਼ੁਰੂ ਕੀਤਾ ਹੈ ਜਿਹਨੇ ਸਾਰੀ ਦੁਨੀਆ ਦੇ ਉੱਤੇ ਤਾਕਤ ਮਾਤੀ ਸਾਰੀ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਟੈਸਟ ਹੋ ਗਿਆ ਸਿਰਫ ਜਿੱਥੇ ਪੰਜਾਬ ਤੁਰਿਆ ਸੀ ਅੱਜ ਉਹਨਾਂ ਦਾ ਯੂਪੀ ਹੈ ਅੱਜ ਉਹਨਾਂ ਹਰਿਆਣਾ ਹੈ ਅੱਜ ਉਹਨਾਂ ਕਰਨਾਟਕਾ ਹੈ ਉਹਨਾਂ ਆਸਟ੍ਰੇਲੀਆ ਦੇ ਪੰਜਾਬੀ ਨੇ ਇੰਗਲੈਂਡ ਦੇ ਪੰਜਾਬੀ ਨੇ ਕੈਨੇਡਾ ਦੇ ਪੰਜਾਬੀ ਨੇ ਇੰਤੂ ਵੱਧ ਨਾ ਕਰੇ ਕਿਸੇ ਨੂੰ ਹਮਾਇਤ ਮਿਲ ਸਕਦੀ ਹੈ ਨਾ ਇਤੋਂ ਵੱਡਾ ਮੌਕਾ ਮਿਲ ਸਕਦਾ ਤੇ ਜੇ ਆਪਾਂ ਸਿਆਣੇ ਹੋਵਾਂਗੇ ਜੇ ਆਪਾਂ ਅਣਖੀ ਹੋਵਾਂਗੇ ਜੇ ਆਪਣੇ ਦੇ ਵਿੱਚ ਜ਼ਮੀਰ ਹਜੇ ਵੀ ਜਿਉਂਦੀ ਆ ਤਾਂ 26 ਤਰੀਕ ਨੂੰ ਹਰੇਕ ਪਰਿਵਾਰ ਤੋਂ ਹਰੇਕ ਬੱਚਾ ਹਰੇਕ ਮਾਂ ਉੱਥੇ ਪਹੁੰਚਣੀ ਚਾਹੀਦੀ ਹੈ ਬਸ ਇਹ ਇੱਕ ਬੇਨਤੀ ਕਰਦਾ ਥੋੜੇ ਤੋਂ ਕਿਨਾ ਮੰਗਦਾ ਤੇ ਮੈਂ ਆਪਣਾ ਬੱਚਾ ਛੋਟਾ ਛੋਟਾ ਭਾਈ ਆ ਗਲਤੀ ਫਲਤੀ ਹੋਈ ਕੋਈ ਮਾਫ ਕਰੋ ਇੱਕ ਵਾਰੀ ਚਕਾਰਾ ਬਣਾ ਦਿਓ ਬੜੇ ਸੋਹਣਾ ਸਤਿ ਸ੍ਰੀ ਅਕਾਲ हाँ साहब।
अपने हकां खातर अपनी होंद खातर अपनी पहचान बनाई रखने खातर अपने वजूद बचाई रखने खातर लड़ रहे मेरे देश पंजाब के जिहादी लोगों फतेह प्रवान करना। वाहेगुरु जी का खालसा वाहेगुरु जी की फतेह। मान सारियो तुसी ओ लोग हो जिन्निया भी इस धरती दे उत्ते इस पंजाब दी धरती दे उत्ते लोग लड़ा उठियां ने लोगों ने संघर्ष लड़े ने तो मोरी लोड़ अहम भूमिका आ जिले के लोगों की रही है धरती के लोगों की रही है। चाहे वह नक्सलवादी लहर हो चाहे वह सिख मूवमेंट हो किसानी के अंदोलन आना मानसा हमेशा अगे रहा है। अज भी मैं देखता कि टिकरी आए पास जिन्हें मानसा दिया मावा भैन साडे नौजवान साडे बजुर्ग साडे बच्चे बैठे ने सब तो वध गिणती उन्होंने मानसा की होनी है। इस गल का सेरा मैं कहना मानसा सरवाइता पूरे पंजाब के हूँ। आप 26 तरीक न जी ट्रैक्टर मार्च हो रहा है परेड हो रही है जी लाल किले के उत्ते इस मुल्क का जो किसान है जो मजदूर है उन्हें वह मार्च के हिस्सा लेना है तो वो तैयारी लिए भरावा साढ़े को आए हैं लामबंदी कर ले आए हैं लोगों को जगाने लिए आए हैं पिंड पिंड फिरते हैं पूरे पंजाब फिरते हैं। आज साढ़े नाल पंजाब के होन हार कलाकार ने जेड़े सिद्धू मूसेवाला होवे आरनेत होवे कोर होवे माना लड़ा मुंडा भाना खड़ा सिद्धू जुदीप खड़ा सारे भरा मैनू लगता कि अज सारे इंसाना ने जिहड़ियां अपनी कोई निजी जिंदगियां होंदियां ने कोई निजी सहूलत होंदियां ने उन्होंने छद के अज हर इंसान चाहे वह कलाकार है चाहे कोई गीतकार है जां होर खेत्र दे लोग ने वो समझते हैं कि साडियां कलाकारियां साडियां गीतकारियां बाहर दियां गल्लां ने। पहला असीं इस पंजाब दे पुत हैं इस मिट्टी दे पुत हैं उस फर्ज नूं पछाणदे होए अज हर बंदा इस ढोल दे विच पुज्जा होया भरावो। बड़ियां अफवाह उड़नगियां याद रखियो 26 तों पहला पहला गोली चल जाणी है जी टांगा चल जाणियां जी बछाड़ा बजणियां जी अथरू गैस आऊगी जी सरकार पता नहीं की जुल्म करूगी। तुहानूं एक गल दस के जाना अज सोडा अंदोलन दुनिया च पहुंच चुके है सोडे अंदोलन के उत्ते दुनिया भर की नजर दुनिया की सियासतदान ही नजर है सोडे अंदोलन के उत्ते दुनिया भर का मीडिया खबर लिख रहा है सोडे अंदोलन यूएन च पहुंच चुके है। सौखा नहीं है सोडे दे गोलियां चला दूगा सौखा नहीं है सोडे को डांगा मार दूगा सोडे को बछाड़ा मार दूगा। बस नौजवानों दो गल्लां का ख्याल रखना भरावो शांति दे जाबता बना के रखना है। जदों ही कोई अंदोलन हिंसक होया शांति भंग हुई है उदों ही सरकारां नूं मौका मिल जांदा है जिद्दे अपना अंदोलन च कोई गड़बड़ हो गई हिंसक हो गया सरकारां ने 5 मिंट लाउणे आ इस अंदोलन नूं खदेड़न दे लई जिन्ना शांति च रहांगे जाबत च रहांगे। मैं दावे ना कह सकदा मैं 40 दिन दिल्ली ला के आया सरकार दीआं चीकां निकलियां पईआं ने सरकार हिली पई है अंदरों गलों गलावां लाउण नूं फिरदे वी किवें ना किवें इह निपर जे मसला पर भरावो बहुत वधिया अगवाई मिल रही है बहुत वधिया साडे आगू साहिबान अगे लगे होए ने। एक गल अपने पल्ले ना बन्ह लिओ अपने लड़ बन्ह के जायो अपने दिलां च वसा के जायो। लोक लहरां ने रोज रोज नहीं उड़दियां रोज रोज नहीं संघर्ष हुंदे हुंदे लंबे अरसे बाद लंबे समय बाद 40 सालां बाद पंजाब जागिया अपने हकों की साड़ी जवानी सड़कों पर आई है जेड़ी जवानी साड़ी कदे आ जिहड़े बादल वाले जिहड़े कैप्टन है इन्होंने बाद जिंदाबाद मुर्दाबाद करती फिरती सी वो जवानी अपने हकों खातर खड़ी हुई है जेड़ी जवानी साड़ी कहा गया कि नशे ना मर चुकी है टीके लाला मरी जांदे चिट्टे दे जेड़ी जवानी बारे कहा गया कि जवानी बाहरले मुल्कों नूं भज चली है हो रही है जवानी दी ओ भरावो बाहरले मुल्कों तों कनेडा अमरीका इंग्लैंड वर्गे मुल्कों तों साडे नौजवान टिकटां लै लै के दिल्ली पहुंच रहे है दिल्ली यह हुंदा अपनी मिट्टी का मोह अपने लोगों का मोह अपनी कौम का मोह। सो
ट्रैक्टर किसी ने पंजा पंजा हजार नवा नहीं खरीदने गल याद रखियो। जरा बंदा सोचता मैं 20,000 की खेती करता, मैं 25,000 की करता, मैं मुलाजम लग्या होया 50,000 महीना तनखा देना, मैनू की लोड़ है, मैं सोहनी जिंदगी जीना। हर इंसान का एक सुपना होंदा बड़े बड़े स्कूलों जवाकों नूं पढ़ाउण दा, बड़े घर पाउण दा, बड़े हस्पताल इलाज कराउण दा। आ मैं देखिया साडी नौजवानी एरे विच मैनूं लगदा कि असीं वी कितें ना कितें जिम्मेवार हैगे आ भरावो। असीं जिहड़े पावे नूं अज पहुंच गए ना, जिहड़े हालातां नूं अज पंजाब पहुंच गया। नौजवानों मैं तुहानूं इह खास गल कहना चाहुंदा, कल परसों इक माफ दे विच मुंडा ट्रैक्टर ले आया, 70,000 दा आशा ट्रैक्टर होगा, 1,00,000 रुपये दा साउंड लाई फिरे। सो मैं कहना चाहुंदा असीं ब्याह च फालतू खर्चे वधा दे, भोगां दे खर्चे वधा दे। जे गवांढी ने एक मंजिला पा लिया, अभी दो मंजिला पाने की कोशिश करते हैं। ट्रैक्टर एडे वे लै ले, गुस्सा ना कर जाओ, क्लच छड़ दिया गवांढना के बांध च बढ़ जाता है। जमीना थोड़िया रह गई, ट्रैक्टर वे लै ले। ये सानू भी सोचना पैना कि असी अपनी आने वाली नस्ल आने वाली पीढ़ियां नू किवें किहोजा पंजाब छड के जाना है। अखीर ते गल कहूंगा, याद रखियो दुनिया के उत्ते कौमां जिउंदियां रहिंदियां ने, उन्हां कौमां दा नामो निशान रहिंदा जिहड़ियां कौमां अपने हक लई लड़ना जाणदियां ने, ਜਿਹੜੀਆਂ ਕੌਮਾਂ ਮਰਨਾ ਜਾਣਦੀਆਂ ਨੇ, ਜਿਹੜੀਆਂ ਕੌਮਾਂ ਸੰਘਰਸ਼ ਕਰਨਾ ਜਾਣਦੀਆਂ ਨੇ, ਜਿਹੜੀਆਂ ਕੌਮਾਂ ਗੁਜਰ ਹੋ ਜਾਂਦੀਆਂ ਨੇ, ਕੈਦ ਹੋ ਜਾਂਦੀਆਂ ਨੇ, ਜਿਹੜੀਆਂ ਕੌਮਾਂ ਸੰਘਰਸ਼ ਕਰਨਾ ਭੁੱਲ ਜਾਂਦੀਆਂ ਨੇ, ਜਿਹੜੀਆਂ ਕੌਮਾਂ ਕੰਨੀ ਕਰਾਉਂਦੀਆਂ ਨੇ ਲੜਨੋ ਮਰਨੋ ਡਰਦੀਆਂ ਨੇ, ਭਰਾਵੋ ਉਹ ਕੌਮਾਂ ਦਾ ਦੁਨੀਆ ਤੋਂ ਨਾਮੋ ਨਿਸ਼ਾਨ ਖਤਮ ਹੋ ਜਾਣਾ, ਕੁੜੀਆਂ ਉਹ ਕੌਮਾਂ ਦੁਨੀਆ ਤੋਂ ਮਿਟ ਜਾਂਦੀਆਂ ਨੇ, ਗੱਲ ਯਾਦ ਰੱਖੋ। ਬੋਲੇ ਸੋਨਹਾਰ ਪਿਆਸ ਪੜ ਕੇ ਦੇਖ ਲੋ, ਜਿਹੜੇ ਮਕਾਨ ਤੇ ਅਸੀਂ ਪਹੁੰਚੇ ਹਾਂ, ਜੇ ਕਿਤੇ ਜਿਹੜੀ ਸੋਚ ਰਿਹਾ ਸੋਚੀ ਬੈਠੇ, ਮੈਂ ਕੀ ਲੈਣਾ, ਮੈਨੂੰ ਕੀ ਆ, ਮੇਰਾ ਗਵਾਂਢੀ ਬਗ ਜੂਗਾ ਪਿੰਡ ਚੋਂ ਬਗ ਜਾਣਗੇ, ਮੈਂ ਨੀ ਜਾਣਾ, ਮੈਂ ਮਰਨਾ ਜਾਵਾ, ਮੈਂ ਫਸਣਾ ਜਾਵਾ। ਜੇ ਆ ਗੱਲ ਕਰੇ ਸਾਡੇ ਗੁਰੂ ਸਾਹਿਬਾਨਾਂ ਨੇ ਸੋਚੀ ਹੁੰਦੀ, ਸਾਡੇ ਸ਼ਹੀਦ ਯੋਧੇ ਨੇ ਸੋਚੀ ਹੁੰਦੀ, ਕੀ ਇਸ ਮੁਕਾਮ ਤੇ ਅੱਜ ਹੁੰਦੇ, ਅੱਜ ਦੁਨੀਆਂ 'ਚ ਵੱਖਰੀ ਪਹਿਚਾਣ ਹੁੰਦੀ ਸਾਡੀ, ਕੋਈ ਸਾਡੀ ਹੋਂਦ ਹੁੰਦੀ, ਅੱਜ ਜਿਹੜੀਆਂ ਸਰਦਾਰੀਆਂ ਮਿਲੀਆਂ ਨੇ, ਸਿਰ ਦੇ ਕੇ ਮਿਲੀਆਂ ਨੇ ਹੁੰਦੀਆਂ। ਉਹ ਭਰਾਵੋ ਆਓ, ਮੈਂ ਕਹਿੰਦਾ ਹੁੰਦਾ ਕਿ ਕਈ ਵਾਰੀ ਕੁਛ ਪਾਉਣ ਖਾਤਰ ਕੁਛ ਗਵਾਉਣਾ ਪੈਂਦਾ, ਖੂਨ ਵੀ ਡੋਲਣਾ ਪੈਂਦਾ। ਪਹਿਲੀ ਗੱਲ ਤਾਂ ਇਹ ਜੀ ਗੱਲ ਕੁਛ ਹੋਣੀ ਨੀ, ਹਣੀਆਂ ਵੀ ਪੈਣੀਆਂ ਭਰਾਵੋ ਸਰ ਪਿੱਛੇ ਨੀ ਹਟਦੇ। ਮੈਨੂੰ 6 ਮਹੀਨੇ ਹੋ ਗਏ ਮੈਂ ਅੱਗੇ ਲੱਗਿਆ ਹੋਇਆ, ਉੱਥੇ ਇਹ ਨੀ ਹੋਊਗਾ ਕਿ ਦਿੱਲੀ ਮੁਹਰੋਂ ਗੋਲੀਆਂ ਆਉਣ ਤੇ ਮੁਹਰੋਂ ਵਿਛਾਣਾ ਆਉਣ ਤੇ ਮੈਂ ਕਿਸੇ ਟਰਾਲੀ 'ਚ ਬੜਾ ਬੈਠਾ ਹੋਊਗਾ, ਤੁਹਾਡੇ ਅੱਗੇ ਲੱਗੂਗਾ ਭਰਾਵੋ, ਇਹ ਤੁਹਾਡੀ ਧਰਤੀ ਦੇ ਵਾਅਦਾ ਕਰਕੇ ਜਾ। ਬੋਲੋ ਆਪਣੀਆਂ ਨਸਲਾਂ ਆਪਣੇ ਵਜੂਦ ਨੂੰ ਬਚਾਉਣ ਲਈ ਆਪਣੇ ਇਹ ਸੋਚਿਆ ਕਰੋ ਕਿ ਆਉਣ ਵਾਲੇ 200 ਸਾਲ ਨੂੰ, 500 ਸਾਲ ਨੂੰ ਸਾਡਾ ਪੰਜਾਬ ਕਿੱਥੇ ਖੜਾ ਹੋਊਗਾ, ਸਾਡੀ ਕੌਮ ਕਿੱਥੇ ਖੜੀ ਹੋਊਗੀ। ਐਡੀ ਦੂਰ ਨਸੀ ਚਾਹੀਦੀ ਹੈ, ਇਹਨਾਂ ਸੋਚਿਆ ਕਰੋ ਕੱਲ ਨੂੰ ਕੀ ਹੋਊਗਾ, ਪਰਸੋਂ ਕੀ ਹੋਊਗਾ। ਮੇਰਾ ਪੰਜਾਬ ਰਹਿਣੇ ਨੀ, ਮੈਂ ਕੈਨੇਡਾ ਵੱਜ ਜਾਣਾ, ਮੈਂ ਅਮਰੀਕਾ ਵੱਜ ਜਾਣਾ, ਮੇਰੇ ਦੁਕਾਨਦਾਰ ਭਰਾ ਵੀ ਆਏ ਹੋਣੇ ਆ। ਅਖੀਰ ਦੇ ਉੱਤੇ ਬਾਈ 2 ਮਿੰਟ ਲਾਊਗਾ, ਇਹ ਗੱਲ ਕਰਨੀ ਬੜੀ ਜ਼ਰੂਰੀ ਹੈ। ਦੁਕਾਨਦਾਰ ਖੜੇ ਆ, ਮਜ਼ਦੂਰ ਭਰਾ ਖੜੇ ਆ, ਦੁਕਾਨਦਾਰਾਂ ਤੁਹਾਨੂੰ ਕਹਿਣਾ ਚਾਹੁੰਦਾ, ਤੁਹਾਨੂੰ ਲੱਗਦਾ ਕਿ ਮੋਦੀ ਸਾਡਾ ਸਾਡੇ ਹੱਕ ਦੀ ਗੱਲ ਕਰਦਾ? 4 ਮਹੀਨੇ ਪਹਿਲਾਂ ਅਸੀਂ ਬਠਿੰਡੇ ਰਿਲਾਇੰਸ ਮਾਰਕੀਟ ਰੋਕੀ ਸੀ, 60,00,000 ਰੁਪਇਆ ਇੱਕ ਦਿਨ ਦੀ ਸੇਲ ਸੀ ਇਕੱਲੀ ਇੱਕ ਦੁਕਾਨ ਦੀ। ਜਿੱਦੇ ਬੰਦ ਹੋਈ ਮੈਂ ਧੋਬੀ ਬਾਜ਼ਾਰ ਗਿਆ ਦੁਕਾਨਾਂ ਵਾਲਿਆਂ ਕੋਲੇ, ਮੈਂ ਕਿਹਾ ਬਾਈ ਕੁਛ ਫਾਇਦਾ ਹੋਇਆ? 5-7 ਦਿਨਾਂ ਬਾਅਦ ਮੈਂ ਗਿਆ, ਕਹਿੰਦੇ ਬਾਈ ਹੁਣ ਸਾਡਾ ਕਾਰੋਬਾਰ ਚੱਲ ਪਿਆ, ਤਾਂ ਠੰਡਾ ਹੋ ਪਿਆ ਸੀ ਕੰਮ। ਉਹ ਵੱਡੇ ਵੱਡੇ ਮਾਲ ਖੁੱਲ ਗਏ, ਮਾਰਕੀਟਾਂ ਖੁੱਲ ਗਈਆਂ, ਸ਼ੋਅਰੂਮ ਖੁੱਲ ਗਏ, ਕਿੰਨਾ ਦੇ ਅਵਾਨੀਆਂ ਦੇ ਅਡਾਨੀਆਂ ਦੇ ਤੇ ਜ਼ਿੰਮੇਵਾਰ ਇਹ ਨਾ ਸਮਝੇ ਇਕੱਲਾ ਮੋਦੀ ਸ਼ਾਹ, ਆ ਜ਼ਿੰਮੇਵਾਰ ਜਿਹੜੇ ਹੁਣ ਤੱਕ ਝੰਡਿਆਂ ਦੇ ਵਿੱਚ ਅਸੀਂ ਡੰਡੇ ਪਾਈ ਫਿਰਦੇ ਸੀ, ਬਨੇਰਿਆਂ ਦੇ ਉੱਤੇ ਕਦੇ ਤੱਕੜੀ ਵਾਲਾ ਤੇ ਕਦੇ ਪੰਜੇ ਵਾਲਾ, ਉਹ ਤੱਕੜੀਆਂ ਪੰਜਿਆਂ ਵਾਲੇ ਵੀ ਸਾਨੂੰ ਇੱਥੇ ਪਹੁੰਚਾਉਣ ਨੂੰ ਜ਼ਿੰਮੇਵਾਰ ਆ ਭਾਵ। ਚੰਗੀ ਗੱਲ ਆ, ਪੂਰੇ ਪੰਜਾਬ ਜਾਂਦਾ, ਹਰ ਬਨੇਰੇ, ਹਰ ਕੌਵੇ, ਹਰ ਕੰਧ, ਹਰ ਕੋਠੇ ਦੇ ਉੱਤੇ ਅਸਲੀ ਝੰਡਾ ਹੁਣ ਆ ਗਿਆ ਕਿਸਾਨੀਆਂ, ਫਸਾ ਝੰਡਾ ਅਸੀਂ ਬੁਲੰਦ ਰੱਖਿਆ। ਦੁਕਾਨਾਂ ਵਾਲਿਓ ਭਰਾਵੋ, ਸਾਰ ਦਿਓ ਭਰਾਵੋ, ਮਜ਼ਦੂਰ ਭਰਾਵੋ ਨੂੰ ਕਹਿਣਾ ਚਾਹੁੰਦਾ, ਇੱਕ ਬਰਾਬਰ ਗੰਢਾ ਹੋ ਰਿਹਾ ਕਿ ਯਾਰ ਇਹਨਾਂ ਨੇ ਬੀਜੇਪੀ ਵਾਲੇ ਬੰਦੇ ਖਰੀਦ ਲਏ ਕੁਛ। ਸਾਡੇ ਜਿਹੜੇ ਮਜ਼ਹਬੀ ਸਿੱਖ ਭਰਾ ਨੇ, ਰੁੰਡਾਸ ਦੇ ਸਿੱਖ ਭਰਾ ਨੇ, ਉਹਨਾਂ ਸਾਡੇ ਉੱਥੋਂ ਉਹਨਾਂ ਦੇ ਵਿੱਚੋਂ ਹੀ ਬੰਦੇ ਖਰੀਦ ਕੇ ਇੱਕ ਬਰਾਬਰ ਗੰਢਾ ਪ੍ਰਚਾਰ ਸ਼ੁਰੂ ਕਰਤਾ।
फिर आप की लोड़ है जमीन जा रही है किसान की, आप दिहाड़ी करनी है कमा की खाना है, हम आप 400-500 दिहाड़ी कमाने हैं। जो कंपनी को पूंजीपति आकर जमीन रोक लूगा फार्म बनाऊगा वो तो 1000 रुपया मिला करूंगा। वो भरावो एक गल याद रखियो, कल मैं हरियाणा चो आया उसे मैं गल होर नवी पता लगी, कहना बीजेपी वाले साढ़े मजहबी सिख भरावान को अरदास के भरावान को मजदूर भरावान को जाके गोल प्रापे गंडा करते हैं कि इन्होंने जमीन खो के हम जिमीदारा किला किला सोनू बढ़ा के सो गमराह कर प्रचार है तो बचन की आपड़ है। मैं किने कहना कि सब तो पहला मजदूर पता क्यों मारा जाऊगा, एक भंडार करने का कानून है, जमा करने का कानून है, पहला कानून नहीं सी। मान लो कल कोई पूंजीपति लोग इतने आए हैं उन्होंने लोगों ने अपनी दाला सब्जियां अपना अनाज खरीद के भंडार कर लेना जमा कर लेना, जो पूरी हाहाकार मचूगी महंगाई होगी हम आप देख लेना कई बार 5-7 रुपये किलो गंढे होंगे है तो 60-70-80-90-100 रुपये 150 तक बच जाते कि नहीं बच जाते जो कहने तो पैंती है उदो भी यही होना है। फिर व्यापारियों ने सोचना भी एक बार रोक लो बाजार समान ना तारो ना बेचो, जो महंगाई होगी 5 रुपये किलो गंढे 500 में बेचा करेंगे, सब तो पहला कौन मरू, मजदूर मरूगा, गरीब मरूगा, जमीन वाला सहगदा सहगदा चार साल वाला सहगदा सहगदा चार साल तक जू मजदूर पहला मारिया जाऊगा। अज असी कोई गज के लिए माड़ा मोटा काम पैंदा भाई जिमीदार किसान के घरे जाता सा जो मजदूर भरा चाचा ताया जो भी लगता हूं भाई भी भाई मैंने 2000-4000-5000 दे दे मैं तेना काम करा दू। फिर जो ये लोग जमीन चलिया गई फिर अवानिया अदानिया को जाया करा पैसे मंग किसी ने नहीं पुछना, अमरीका वर्गे मुल्क यूरोप के कई मुल्क के कानून आए उत्थे पुछ लो थोड़े को रिश्तेदार कोई पिंड चु गए होने हैं कि किमें लोगों को घुसियारे मुजहरे बनाता बड़िया बड़िया मशीन काम कर दिया बंद कोई लोड़ नहीं रही। उसे सोचो यार हर घर का मसला है, हर चुले का मसला है, हर इंसान की रोजी रोटी का मसला है, क्योंकि ढंग हरक के लगे रोटी हरक ने खा ली। सो इसलिए मेरा वीर आओ आप 21 तरीक तक दिल्ली चल गए हाथ खड़े करके दसो कि मेरे पहुंचोगे हाथ तो बहुत खड़े हुए हैं। बस आप फेर नहीं ली जे किसी जो आप पहुंच गए ना बस आ जाओ मेरा फिर हम जो इतने घर च बैठे रह गए फिर बैठे ही रह जाओगे जा रहे ना ही लड़ाई पहली है ना अखीरली है शुरुआत पंजाब वालों तुम करती है तो जित के आवेंगे जो मर्जी हो जाए यार लिख के देखे जाने तुम अच्क भी जित के आवेंगे किसान मजदूर का जिंदाबाद आ रही अंदरों आई अंदरों आवे आवाज अंदरों अंदरों वाला बचे किसान मजदूर का जिंदाबाद जिंदाबाद मजदूर का जिंदाबाद काले कानून रद्द करा के रहेंगे काले कानून रद्द करा के रहेंगे करा के रहेंगे Thank you.